ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਲੋਕਾਂ ਦੀਆਂ ਜੇਬਾਂ ਹੋਣਗੀਆਂ ਢਿੱਲੀਆਂ, ਹੁਣ ਇਹ ਚੀਜ਼ ਹੋਈ ਮਹਿੰਗੀ। ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ, ਅਤੇ ਵੀਡੀਓ ਨੂੰ ਹੱਦ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਅਤੇ ਜਿਨ੍ਹਾਂ ਨੇ ਔਨਲਾਈਨ ਸ਼ੋਪਿੰਗ ਕਰਨੀ ਹੈ, ਲਿੰਕ ਡਿਸਕ੍ਰਿਪਸ਼ਨ 'ਚ, ਉੱਥੇ ਜਾ ਕੇ ਤੁਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਹਾਂ। ਜੇਕਰ ਤੁਸੀਂ ਨਵੇਂ ਸਾਲ 'ਤੇ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪੈ ਸਕਦੀ ਹੈ, ਕਿਉਂਕਿ ਟਾਟਾ ਮੋਟਰਸ, ਹੋਂਡਾ ਅਤੇ ਰੈਨੋ ਕੀਮਤਾਂ ਵਿੱਚ ਵਾਅਦਾ ਕਰਨ ਵਾਲੇ ਨੇ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਅਤੇ ਲਗਜ਼ਰੀ ਆਟੋਮੈਟਿਕਸ ਓਡੀ ਅਤੇ ਮਰਸੀਡੀਜ਼ ਬੇਜ਼ ਨੂੰ ਅਗਲੇ ਮਹੀਨੇ ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਨੇ। ਇਸ ਲਈ ਜੇਕਰ ਤੁਹਾਡਾ ਕਾਰ ਖਰੀਦਣ ਦਾ ਪਲੈਨ ਹੈ ਤਾਂ ਕਾਰਾਂ 'ਤੇ ਹੁਣ ਮਿਲ ਰਹੇ ਡਿਸਕਾਊਂਟ ਨੂੰ ਲੈ ਕੇ ਸੋਚ ਸਕਦੇ ਹੋ। ਜਨਵਰੀ 2022 ਤੋਂ ਮਾਰੂਤੀ ਵੱਖ ਵੱਖ ਮਾਡਲਾਂ ਦੀਆਂ ਕੀਮਤਾਂ ਵਧਾ ਦੇਵੇਗੀ। ਕੀਮਤਾਂ ਵਿੱਚ ਵਾਅਦਾ ਕਿੰਨਾ ਹੋਏਗਾ ਇਸ ਬਾਰੇ ਕੰਪਨੀ ਨਵੇਂ ਸਾਲ 'ਚ ਹੀ ਦੱਸੇਗੀ। ਉੱਥੇ ਹੀ ਵੱਧਦੀ ਇਨਪੁੱਟ ਲਾਗਤਾਂ ਦੇ ਕਾਰਨ ਮਰਸੀਡੀਜ਼ ਬੈਂਜ਼ ਨੇ ਕੀਮਤਾਂ ਵਿੱਚ 2% ਤੱਕ ਵਾਅਦਾ ਕਰ ਦਿੱਤਾ ਹੈ। ਇਸ ਤੋਂ ਇਲਾਵਾ 1 ਜਨਵਰੀ 2022 ਤੋਂ ਓਡੀ ਦੀਆਂ ਕਾਰਾਂ ਦੀ ਕੀਮਤ 3% ਵੱਧ ਜਾਏਗੀ। ਖਬਰ ਉਲਾਸ